ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਕਾਫੀ ਚਿਰ ਬਾਅਦ ਰੈਸਪੀ ਬਣਾਈ ਹੈ। ਇਹ ਆਪਣੇ ਜਿੱਦਾਂ ਸਰੀਰ ਦੀਆਂ ਕਮਜ਼ੋਰੀਆਂ ਕਈ ਹੁੰਦੀਆਂ, ਦਰਦਾਂ ਹੁੰਦੀਆਂ, ਉਹਨਾਂ ਵਾਸਤੇ ਬਣਾਈ ਹੈ। ਅਤੇ ਚਲੋ ਆਪਾਂ ਬਣਾਉਂਦੇ ਹਾਂ, ਖਾ ਕੇ ਦੇਖਦੇ ਹਾਂ। ਇਹਦੇ ਨਾਲ ਆਪਾਂ ਨੂੰ ਆਰਾਮ ਆਉਂਦਾ, ਜੇ ਨਹੀਂ ਆਉਂਦਾ ਗੋਡੇ ਗਿੱਟੇ ਆਪਣੇ ਹਟਦੇ ਆ, ਜੇ ਨਹੀਂ ਹਟਦੇ। ਇਹ ਲਈ ਹੈਗੀ ਆ ਖਸਖਸ ਕਾਲੀ ਪੌਪੀ ਸੀਡ, ਹਾਂਜੀ ਇਹ ਹੈਗੀ ਆ 100 ਗ੍ਰਾਮ। ਇਹਨੂੰ ਆਪਾਂ ਕਰ ਲਵਾਂਗੇ ਪਹਿਲਾਂ ਰੋਸਟ। ਹੋ ਗਈ ਆ, ਹੁਣ ਇਹਨੂੰ ਆਪਾਂ ਬੰਦ ਕਰ ਲੈਂਦੇ ਹਾਂ। ਇੱਧਰ ਆਪਾਂ ਇਹਨੂੰ ਪਾ ਲੈਂਦੇ ਹੈਗੇ ਕਟਰੀ, ਇਹਦੇ ਵਿੱਚ ਇਹ ਥੋੜ੍ਹੀ ਠੰਡੀ ਹੋ ਜਾਊਗੀ। ਆਪ ਲੈ ਹੈਗੇ ਬਲੈਕ ਤਹਿਲ ਕਾਲੇ, ਅਤੇ ਇਹ ਵੀ 100 ਗ੍ਰਾਮ ਆ। ਇਹਨਾਂ ਨੂੰ ਕਰ ਲਵਾਂਗੇ ਰੋਸਟ। ਇਹਨਾਂ ਨੂੰ ਵੀ ਆਪਾਂ ਮੀਡੀਅਮ ਦੇ ਗੈਸ ਦੇ ਉੱਤੇ ਰੋਸਟ ਕਰ ਲੈਣਾ। ਅਤੇ ਜਿਹੜੇ ਆਪਣੇ ਹੈਗੇ ਆ ਜੋੜਾਂ ਦੀਆਂ ਦਰਦਾਂ, ਜੋ ਵੀ ਆ ਕਮਜ਼ੋਰੀ ਆ, ਉਹਦੇ ਲਈ ਬਹੁਤ ਗੁੱਡ ਹੈਗੇ ਆ। ਤੇਲ ਵੀ ਆਪਣੇ ਭੁੱਜ ਗਿਆ, ਹੁਣ ਇਹਨਾਂ ਦੀ ਜਿਹੜੀ ਆਵਾਜ਼ ਆ ਆਉਣ ਲੱਗ ਪਈ ਆ। ਇਹਨਾਂ ਨੂੰ ਵੀ ਆਪਾਂ ਕੱਢ ਲਿਆ ਇੱਕ ਪਾਸੇ ਟਰੇ ਦੇ। ਆਹ ਖਸਖਸ ਜਿਹੜੀ ਸੀਗੀ ਉਹ ਠੰਡੀ ਹੋ ਗਈ ਆ ਇੱਕ ਪਾਸੇ। ਹੁਣ ਮੈਂ ਲਿਆ ਹੈਗਾ ਗੁੜ, ਸਿਰਫ ਗੁੜ ਹੀ ਯੂਜ ਕਰਨਾ। ਫਿਰ ਮੈਂ ਕੁੱਟ ਲੈਣੀ ਇਹਦੇ ਵਿੱਚ। ਤੁਸੀਂ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਐਡ ਕਰ ਸਕਦੇ ਕਿੰਨਾ ਤੁਸੀਂ ਮਿੱਠਾ ਲਾਈਕ ਕਰਦੇ ਹੋ। ਗੁੜ ਨੂੰ ਲਿਆ ਹੈਗਾ ਕੁੱਟ, ਇਹ ਹੈਗਾ ਹੁਣ ਸੌਫਟ। ਇੱਧਰ ਆਪਾਂ ਹੁਣ ਤੇਲ ਅਤੇ ਖਸਖਸ ਨੂੰ ਰਲਾ ਲੈਣਾ। 100 100 ਗ੍ਰਾਮ ਲਈ ਸੀ, ਸਿਰਫ 2 ਮਿੰਟ ਦੇ ਲਈ ਇਹਨੂੰ ਕੁੱਕ ਕੀਤਾ ਆਪਾਂ ਫਰਾਈ ਪੈਨ ਦੇ ਵਿੱਚ ਮੀਡੀਅਮ ਜਿਹੀ ਹੀਟ ਦੇ ਉੱਤੇ। ਹੁਣ ਇਹ ਠੰਡੀ ਹੋ ਗਈ। ਆ ਲਿਆ ਹੈਗਾ ਮੈਂ ਕੌਫੀ ਗ੍ਰਾਈਂਡਰ, ਇਹਦੇ ਵਿੱਚ ਆਪਾਂ ਕਰਾਂਗੇ ਕੋਰਸ ਆ, ਮੀਡੀਅਮ ਆ, ਫਾਈਨ ਆ, ਤੁਸੀਂ ਕਰ ਸਕਦੇ ਇਹਦੇ ਵਿੱਚ, ਰੀਅਲੀ ਗੁੱਡ ਆ। ਹੁਣ ਆਪਾਂ ਇਹਨੂੰ ਪਾ ਕੇ ਥੋੜ੍ਹੀ ਥੋੜ੍ਹੀ ਕਰ ਲਵਾਂਗੇ ਗ੍ਰਾਈਂਡ। ਮੈਂ ਲਾਇਆ ਹੈਗਾ ਮੀਡੀਅਮ 'ਤੇ। ਇਹਨੂੰ ਆਪਾਂ ਕਰ ਲਿਆ ਹੈਗਾ ਗ੍ਰਾਈਂਡ ਔਨ ਔਫ ਕਰ ਕਰਕੇ। ਖਸਖਸ ਆਪਣੀ ਸਾਰੀ ਹੋ ਗਈ ਆ ਤੇਲ 'ਤੇ, ਖਸਖਸ ਜਿਹੜੀ ਗ੍ਰਾਈਂਡ ਹੋ ਗਏ। ਭਾਂਡੇ 'ਚ ਕੱਢ ਕੇ ਬਹੁਤ ਹੀ ਸੋਹਣਾ ਮਹਿਕ ਆਉਂਦਾ ਵਿੱਚੋਂ ਭੁੱਜਿਆ ਤਿਲਾਂ ਦਾ ਅਤੇ ਖਸਖਸ ਦਾ। ਲਓ ਇੱਦਾਂ ਦੀ ਹੋ ਗਈ ਆ ਐਨ। ਜਿਹੜੀ ਖਸਖਸ ਹੁੰਦੀ ਨਾ ਅਤੇ ਤਿਲ ਹੁੰਦੇ ਆ, ਇਹ ਆਪਣਾ ਜਿਹੜਾ ਇਹਦੇ ਵਿੱਚ ਓਇਲ ਕਹਿ ਲਓ ਜਾਂ ਘੇ ਕਹਿ ਲਓ ਆਪਣਾ ਇਹ ਛੱਡ ਦਿੰਦਾ। ਥੋੜ੍ਹਾ ਜਿਹਾ ਹਾਰਡ ਹੁੰਦੀ ਆ ਇਹ ਪੀਣੇ ਨੂੰ। ਅਤੇ ਮਸ਼ੀਨ ਜਿੱਦਾਂ ਚਲਾ ਲੈਣਾ ਬੰਦ ਕਰ ਲੈਣਾ, ਚਲਾ ਲੈਣਾ ਬੰਦ ਕਰ ਲੈਣਾ, ਇਸ ਤਰ੍ਹਾਂ ਇਹ ਪੀਰ ਹੋ ਜਾਂਦੀ ਆ। ਸੋਹਣੀ। ਹੁਣ ਆਪਾਂ ਇਹਦੇ ਵਿੱਚ ਕਰਾਂਗੇ ਗੁੜ ਮਿਕਸ ਚੰਗੀ ਤਰ੍ਹਾਂ। ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਲੈ ਸਕਦੇ ਹਾਂ, ਸਿਰਫ ਗੁੜ ਹੀ ਵਰਤਣਾ, ਖੰਡ ਨਹੀਂ ਵਰਤਣੀ, ਸ਼ੱਕਰ ਨਹੀਂ ਵਰਤਣੀ, ਸਿਰਫ ਅਤੇ ਸਿਰਫ ਗੁੜ ਵਰਤਣਾ। ਲਓ ਜੀ ਇਹ ਬਣ ਗਈ ਆ। ਅਤੇ ਆਪਾਂ ਖਾਣੀ ਹੈਗੀ ਆ ਸਵੇਰ ਨੂੰ, ਜਾਂ ਖਾਣੀ ਹੈਗੀ ਰਾਤ ਨੂੰ ਗਰਮ ਦੁੱਧ ਦੇ ਨਾਲ,
ਜਾਂ ਸਵੇਰ ਨੂੰ ਖਾ ਲਓ ਚਾਹ ਨਾਲ ਜਾਂ ਦੁੱਧ ਦੇ ਨਾਲ। ਖਾਣੀ ਕਿੰਨੀ ਕੁ ਆਪਾਂ? ਅਤੇ ਇੱਕ ਚਮਚਾ ਖਾਣਾ ਬਸ ਇੰਨਾ। ਠੀਕ ਆ, ਅਤੇ ਤੁਹਾਨੂੰ ਜੇ ਚੰਗੀ ਲੱਗੀ ਰੈਸਪੀ ਤਾਂ ਬਣਾ ਕੇ ਖਾ ਲਿਓ। ਸ਼ਾਇਦ ਸਾਡੀਆਂ ਜੋੜਾਂ ਦੀਆਂ ਜਿਹੜੀਆਂ ਦਰਦਾਂ ਹੁੰਦੀਆਂ ਰਹਿੰਦੀਆਂ ਉਹਨਾਂ ਤੋਂ ਸਾਨੂੰ ਆਰਾਮ ਆ ਜਾਵੇ, ਗੋਡੇ ਗਿੱਟੇ ਸਭ ਦੇ ਦੁੱਖਦੇ ਅੱਜ ਕੱਲ੍ਹ। ਅਤੇ ਚਲੋ ਜ਼ਰੂਰ ਬਣਾ ਕੇ ਖਾਇਓ। ਓਕੇ ਜੀ, ਬਾਏ।